ਘਰ 'ਚ ਫਟਿਆ ਸਿਲੰਡਰ, ਸੜ ਗਿਆ ਘਰ ਦਾ ਸਮਾਨ, ਹੋ ਗਿਆ ਵੱਡਾ ਨੁਕਸਾਨ। ਤਾਂ ਤਸਵੀਰਾਂ ਵੇਖ ਸਕਦੇ ਹੋ ਇਸ ਘਰ ਦੀਆਂ ਜਿੱਥੇ ਸਿਲੰਡਰ ਫਟ ਗਿਆ ਅਤੇ ਵੱਡਾ ਨੁਕਸਾਨ ਹੋ ਗਿਆ। ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਸਮਾਨ ਸੜ ਕੇ ਰਾਖ ਹੋ ਗਿਆ। ਤਾਂ ਦੱਸ ਦਈਏ ਕਿ ਘਟਨਾ ਪਠਾਨਕੋਟ ਤੋਂ ਸਾਹਮਣੇ ਆਈ ਹੈ ਜਿੱਥੇ ਇਹ ਵੱਡਾ ਧਮਾਕਾ ਹੋਇਆ ਰਾਤ ਦੇ ਕਰੀਬ 3 ਵਜੇ, ਜਦ ਘਰ ਦਾ ਮਾਲਕ ਘਰ ਦੇ ਵਿੱਚ ਇਕੱਲਾ ਸੀ ਤਾਂ ਉਸਨੂੰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਅਤੇ ਜਦੋਂ ਜਾ ਕੇ ਵੇਖਦਾ ਹੈ ਤਾਂ ਪਤਾ ਲੱਗਦਾ ਹੈ ਕਿ ਘਰ ਦੇ ਵਿੱਚ ਜੋ ਸੀਲ ਬੰਦ ਸਿਲੰਡਰ ਸੀ ਉਹ ਫਟ ਜਾਂਦਾ, ਜਿਸ ਕਾਰਨ ਵੱਡਾ ਨੁਕਸਾਨ ਹੋ ਜਾਂਦਾ ਅਤੇ ਮੌਕੇ 'ਤੇ ਪਿਆ ਸਾਰਾ ਸਮਾਨ ਸੜ ਜਾਂਦਾ। ਉਹਨਾਂ ਦੱਸਿਆ ਕਿ ਪੇਪਰਾਂ ਤੋਂ ਬਾਅਦ ਬੱਚੇ ਸੀ ਜਿਹੜੇ ਉਹ ਘਰ ਤੋਂ ਬਾਹਰ ਗਏ ਹੋਏ ਸੀ, ਜਿਸ ਕਾਰਨ ਉਹ ਹਾਦਸੇ ਵੇਲੇ ਘਰ ਦੇ ਵਿੱਚ ਇਕੱਲੇ ਸੀ। ਜਿਸ ਤੋਂ ਬਾਅਦ ਉਹਨਾਂ ਨੇ ਗੈਸ ਕੰਪਨੀ ਵਾਲਿਆਂ 'ਤੇ ਸਵਾਲ ਚੱਕੇ ਨੇ ਕਿ ਗੈਸ ਏਜੰਸੀ ਨੂੰ ਉਹਨਾਂ ਦੇ ਨੁਕਸਾਨ ਦੀ ਭਰਪਾਈ ਕਰਨੀ ਚਾਹੀਦੀ ਹੈ, ਕਿਉਂਕਿ ਜੋ ਸਿਲੰਡਰ ਫਟਿਆ ਸੀ ਉਹ ਸੀਲ ਬੰਦ ਸੀ। ਤਾਂ ਵੱਡਾ ਹਾਦਸਾ ਹੁੰਦਾ ਹੁੰਦਾ ਬਚ ਗਿਆ, ਤਾਂ ਘਰ ਦੇ ਵਿੱਚ ਉਸ ਸਮੇਂ ਇਕੱਲਾ ਘਰ ਦਾ ਮਾਲਕ ਹੀ ਮੌਜੂਦ ਸੀ, ਬੱਚੇ ਵੀ ਪੇਪਰਾਂ ਦੀ ਛੁੱਟੀਆਂ ਤੋਂ ਬਾਅਦ ਘਰ ਤੋਂ ਬਾਹਰ ਗਏ ਹੋਏ ਸੀ। ਤਾਂ ਇਸ ਦੌਰਾਨ ਰਾਤ ਦੇ ਕਰੀਬ 3 ਵਜੇ ਇਹ ਸੀਲ ਬੰਦ ਸਿਲੰਡਰ ਫਟ ਜਾਂਦਾ, ਜਿਸ ਕਾਰਨ ਉੱਥੇ ਮੌਕੇ 'ਤੇ ਪਿਆ ਸਮਾਨ ਹੈ ਜਿਹੜਾ ਉਹ ਸੜ ਜਾਂਦਾ। ਤਾਂ ਤਸਵੀਰਾਂ ਵੇਖ ਸਕਦੇ ਹੋ ਕੀ ਹਾਲ ਹੋਇਆ ਇਸ ਘਰ ਦਾ। ਉਹ ਭਾਅ ਜੀ, ਮੇਰਾ ਨਾਮ ਸੁਚੰਦਰ ਚੌਹਾਨ ਆ ਜੀ, ਮੈਂ ਪੂਰੀ ਹੋਸਪਿਟਲ ਦੀ ਕਲੋਨੀ 'ਚ ਰਹਿੰਦਾ, ਔਰ ਮੇਰਾ ਰਾਤੀ ਕੋਈ 2:45 ਨਾਲ ਬਲਾਸਟ ਹੋਇਆ ਬੜਾ ਜ਼ੋਰ ਦੀ, ਔਰ ਸਿਲੰਡਰ ਫਟਿਆ, ਮੇਰੇ ਕੋਲ ਸਿਲੰਡਰ ਵੀ ਸੀਲ ਪੈਕ ਪਿਆ ਸੀ, ਐਕਸਟਰਾ ਸਿਲੰਡਰ ਸੀ, ਔਰ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਿਆ ਮੇਰਾ। ਉਹਦੇ ਵਿੱਚ 2-3 ਮੇਰੇ ਏਸੀ ਸੀ, ਫਰਿੱਜ ਵਗੈਰਾ, ਕਾਫੀ ਘਰ ਦਾ ਕਾਫੀ ਨੁਕਸਾਨ ਹੋ ਚੁੱਕਿਆ, ਲੈਂਟਰ ਤੱਕ ਨੁਕਸਾਨ ਹੋ ਚੁੱਕਿਆ। ਤਾਂ ਮੈਂ ਬਸ ਗੁਜ਼ਾਰਿਸ਼ ਕਰਨਾ ਕਿ ਯਾਰ ਹੱਲ ਕੀਤਾ ਜਾਏ। ਨਹੀਂ ਜਾਨੀ ਨਹੀਂ, ਬੱਚੇ ਨਹੀਂ ਘਰ ਹੈਗੇ ਮੇਰੇ, ਬੱਚੇ ਗਏ ਸੀ ਆਪਣੇ, ਪੇਪਰ ਖਤਮ ਹੋ ਗਏ, ਉਹ ਬੱਚੇ ਗਏ ਹੋਏ ਸੀ ਕਿਤੇ, ਅਤੇ ਮੈਂ ਇਕੱਲਾ ਹੀ ਘਰ। ਬਸ ਪ੍ਰਸ਼ਾਸਨ ਨੂੰ ਮੰਗ ਕਰਦੇ, ਪ੍ਰਸ਼ਾਸਨ ਕੋਲ ਇਹੀ ਮੰਗ ਕਰਨਾ ਕਿ ਇਹਦਾ ਕੋਈ, ਦੇਖੋ ਇੱਦਾਂ ਦੇ ਬਲਾਸਟ ਹੋਣ ਲੱਗ ਪਏ ਤਾਂ ਫਿਰ ਤਾਂ ਮਾੜੀ ਗੱਲ ਆ ਨਾ। ਇਹ ਸਿਲੰਡਰ ਸੀਲਡ ਪੈਕ ਸਿਲੰਡਰ ਫਟਿਆ, ਕੋਈ ਲੱਗੇ ਦਾ ਵੀ ਨਹੀਂ ਆਇਆ, ਲੱਗੇ ਦਾ ਵੀ ਉੱਥੇ ਨਾਲ ਪਿਆ ਸੀ, ਉਹ ਬਿਲਕੁਲ ਸਹੀ ਹੈ, ਜਿਹੜਾ ਸੀਲਡ ਪੈਕ ਆ ਉਹ ਫਟਿਆ। ਇੰਡੀਅਨ ਦਾ ਸਿਲੰਡਰ ਜੀ, ਆਪਣੇ ਸੁਚਿੰਦਰ ਚੌਹਾਨ ਨੇ ਇੱਥੋਂ ਦੇ ਸੁਜਾਨਪੁਰ ਦੇ, ਇਹਨਾਂ ਦੇ ਘਰ ਦੇ ਬੈਕ ਸਾਈਡ 'ਤੇ ਸਿਲੰਡਰ ਰੱਖਿਆ ਸੀ, ਅਤੇ ਨਾਲ ਹੀ ਜਿਵੇਂ ਰਸੋਈ ਟਾਈਪ ਬਣਾਇਆ ਹੋਇਆ ਵਿਚਲੀ ਬੈਕ ਸਾਈਡ ਨੂੰ, ਉੱਤੋਂ ਬਿਲਕੁਲ ਕਵਰ ਹੈ ਏਰੀਆ, ਉੱਤੇ ਫਾਈਬਰ ਦੀ ਛੱਤ ਪਈ ਸੀ, ਅਤੇ ਜਿਹੜਾ ਸਿਲੰਡਰ ਦੇ ਲਾਗੇ ਫਰਿੱਜ ਵਗੈਰਾ ਕਾਫੀ ਸਮਾਨ ਹੋਰ ਸੀ। ਅਤੇ ਉਹ ਕਿਤੇ ਲੱਗਦਾ ਕਿਤੇ ਸ਼ਾਰਟ ਸਰਕਟ ਜਾਂ ਕੁਛ ਹੋਇਆ ਇੱਦਾਂ ਦਾ, ਵੀ ਜਿਹੜਾ ਸਿਲੰਡਰ ਫਟਿਆ ਰਾਤ 2:30 ਵਜੇ ਦੇ ਕਰੀਬ, ਅਤੇ ਉਹਦੇ ਵਿੱਚ ਕੋਈ ਸੱਟ ਵਗੈਰਾ ਤਾਂ ਨਹੀਂ ਲੱਗੀ, ਬਟ ਇਹਨਾਂ ਦਾ ਮਾਲੀ ਨੁਕਸਾਨ ਕਾਫੀ ਹੋਇਆ। ਏਸੀ ਲੱਗੇ ਸੀ ਬਾਹਰ, ਕੰਪਰੈਸਰ ਲੱਗੇ ਸੀ, ਫਰਿੱਜ ਨਾਲ ਲੱਗੀ ਸੀ, ਉਹ ਸਾਰੇ ਮਤਲਬ ਕਿ ਕਾਫੀ ਨੁਕਸਾਨ ਹੈਗੇ ਨੇ। ਇੰਡੀਅਨ ਕੰਪਨੀ ਦਾ ਸਿਲੰਡਰ ਸੀ, ਅਸੀਂ ਕਰ ਰਹੇ ਹਾਂ ਜੀ ਆਪਣੀ ਜਾਂਚ ਪੜਤਾਲ, ਬਾਕੀ ਕੰਪਨੀਆਂ ਨੂੰ ਬੁਲਾਵਾਂਗੇ, ਅਤੇ ਜ਼ਰੂਰ ਇਹਦਾ ਕਾਰਨ ਲੱਭਾਂਗੇ ਵੀ ਕਿਉਂ ਇੱਕਦਮ ਇਹ ਸਿਲੰਡਰ ਕਿੱਦਾਂ ਫਟ ਗਿਆ, ਕਿਉਂ 15 ਦਿਨ ਪਹਿਲਾਂ ਹੀ ਉਹਨਾਂ ਨੇ ਆਇਆ ਸੀ ਸਿਲੰਡਰ, ਕੋਈ ਲੀਕੇਜ ਵਗੈਰਾ ਹੀ ਹੋਊਗੀ, ਲੀਕੇਜ ਨਾਲ ਕੋਈ ਸ਼ਾਰਟ ਸਰਕਟ ਵੀ ਚੈੱਕ ਕਰ ਰਹੇ ਹਾਂ ਕੁਛ ਹੋਇਆ ਹੋਵੇ, ਅਤੇ ਜ਼ਰੂਰ ਇਹਦੇ ਬਾਰੇ ਤਫਤੀਸ਼ ਕਰਾਂਗੇ ਅੱਗੇ, ਅਤੇ ਜਿਹੜੀ ਬਣਦੀ ਕਾਰਵਾਈ ਆ ਉਹ ਅਸੀਂ ਲਿਖ ਕੇ ਅਤੇ ਕਰ ਦਿੰਦੇ ਹਾਂ। ਹਾਂਜੀ, ਪਰਿਵਾਰਿਕ ਜੀ ਕਿੱਥੇ ਗਏ ਸੀ ਬਾਹਰ? ਪਰਿਵਾਰਕ ਜੀ ਸਿਰਫ ਜਿਹੜੇ ਸੁਚਿੰਦਰ ਸਿੰਘ ਚੌਹਾਨ ਨੇ ਉਹ ਘਰ ਸੀ, ਉਹਨਾਂ ਦੀ ਬਾਕੀ ਜਿਹੜੀ ਫੈਮਿਲੀ ਬੱਚੇ ਆ ਉਹ ਆਪਣੇ ਕਿਸੇ ਰਿਸ਼ਤੇਦਾਰ ਵੱਲ ਗਏ ਸੀ, ਅਤੇ ਆਪ ਤਾਂ ਖੁਦ ਘਰ ਹੀ ਹੈ। ਕਿੰਨਾ ਕੁ ਨੁਕਸਾਨ ਲੱਗਾ ਹੋਊ? ਮਾਲੀ ਨੁਕਸਾਨ ਹੋਇਆ ਜੀ, ਏਸੀ ਦੇ ਕੰਪਰੈਸਰ, ਏਸੀ ਖਰਾਬ ਹੋਏ ਨੇ, ਫਰਿੱਜ ਦਾ ਹੋਇਆ, ਜੋ ਲਾਗੇ ਚੀਜ਼ਾਂ ਪਈਆਂ ਸੀ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਜੀ, ਦੀਵਾਰਾਂ ਦਾ ਵੀ ਹੋਇਆ, ਨਹੀਂ ਲੱਖਾਂ ਦਾ ਹੀ ਕਹਿ ਸਕਦੇ।